ਨਾਲ ਅੱਜ ਅਸੀਂ ਬਹੁਤ ਗੱਲਾਂ ਕਰਨੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਯਾਦਵਿੰਦਰ ਸਿੰਘ ਜੀ। ਯਾਦਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਕਰਨਾਲ ਤੋਂ ਆਇਆ ਜੀ। ਠੀਕ ਹੈ ਜੀ, ਕਰਨਾਲ ਤੋਂ ਆਏ ਹੋ। ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਪਰਿਵਰਤਨ ਜਿਹੜਾ ਉਹ ਸਮੇਂ ਦਾ ਨਿਯਮ ਹੈ, ਸਾਡੇ ਖਾਣ ਪਾਣ ਵਿੱਚ, ਸਾਡੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆਇਆ। ਜੇਕਰ ਅਸੀਂ ਗੱਲ ਕਰੀਏ ਕਿ ਇੱਕ ਜ਼ਮਾਨਾ ਸੀ ਕਿ ਅਸੀਂ ਕਿੰਨੇ ਦਿਨ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿੰਦੇ ਸੀ, ਜਾਂ ਅਸੀਂ ਖ਼ਬਰਾਂ ਦੀ ਗੱਲ ਕਰੀਏ ਕਿ ਆਏ ਦਿਨ ਅਸੀਂ ਖ਼ਬਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਭਰਾ ਭਰਾ ਦਾ ਖੂਨ ਕਰ ਰਿਹਾ, ਮਾਤਾ ਪਿਤਾ ਦੇ ਜਿਹੜੇ ਰਿਲੇਸ਼ਨ ਨੇ ਬੱਚਿਆਂ ਦੇ ਨਾਲ ਉਹ ਸਫੇਦ ਹੋ ਰਹੇ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ, ਇਸ ਬਾਰੇ ਕਹਿਣਾ ਚਾਹਾਂਗਾ ਕਿ ਸਮੇਂ ਦੇ ਨਾਲ ਸਭ ਬਦਲਾਅ ਹੋ ਰਿਹਾ। ਪੁਰਾਣੇ ਸਮੇਂ ਖੁੱਲ੍ਹੇ ਸਨ, ਲੋਕਾਂ ਦੇ ਦਿਲ ਖੁੱਲ੍ਹੇ ਸਨ, ਸਾਹਿਤ ਸੀ ਜਿਹੜਾ ਉਹ ਬਹੁਤ ਵਧੀਆ ਸੀ। ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜ ਗਏ, ਕਿਤਾਬਾਂ ਨਹੀਂ ਪੜ੍ਹਦੇ, ਲਾਇਬ੍ਰੇਰੀ ਨਹੀਂ ਜਾਂਦੇ। ਜਿਹੜਾ ਆਪਣਾ ਵਿੱਦਿਅਕ ਢਾਂਚਾ ਹੈ ਉਹ ਸਿਰਫ ਨੰਬਰ ਤੱਕ ਸੀਮਿਤ ਹੋ ਗਿਆ ਕਿ ਚੰਗੇ ਨੰਬਰ ਲੈਣੇ ਨੇ ਬਸ ਬੱਚਿਆਂ ਨੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦਿਨ ਪ੍ਰਤੀ ਦਿਨ ਬੱਚੇ ਜਿਹੜੇ ਨੇ ਜ਼ਿਆਦਾ ਮੋਬਾਈਲ ਦੇ ਵਿੱਚ ਹੀ ਬਿਜ਼ੀ ਨੇ, ਆਪਣਾ ਪਰਿਵਾਰ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ, ਬਾਹਰ ਬੱਚਿਆਂ ਦੇ ਇੰਨੇ ਲਿੰਕ, ਸੋਸ਼ਲ ਲਿੰਕ ਹੈ ਨਹੀਂ, ਸਿਰਫ ਮੀਡੀਆ ਜਿਹੜਾ ਸੋਸ਼ਲ ਮੀਡੀਆ ਹੀ ਸਾਰਾ ਰਹਿ ਗਿਆ। ਇਹਦੇ ਕਰਕੇ ਬੱਚਿਆਂ ਦੇ ਵਿੱਚ ਜੋ ਆਪਸ 'ਚ ਪਿਆਰ ਸੀ, ਰਿਸ਼ਤੇ ਸਨ, ਰਿਸ਼ਤੇਦਾਰੀਆਂ ਵਿੱਚ ਬਹਿਣਾ ਰਹਿਣਾ, ਉਹ ਸਭ ਲੋਕ ਛੱਡਦੇ ਜਾ ਰਹੇ ਨੇ ਜੀ। ਉਹਦੇ ਕਰਕੇ ਇਹ ਸਭ ਹੋ ਰਿਹਾ, ਲੋਕਾਂ ਦੇ ਵਿੱਚ ਪਿਆਰ ਹੀ ਨਹੀਂ ਰਿਹਾ, ਦਿਲ 'ਚ ਕਿਸੇ ਨਾਲ ਮੁਹੱਬਤ ਨਹੀਂ ਰਹੀ, ਸਿਰਫ ਟਾਈਮ ਪਾਸ ਹੈ ਜੀ ਹੁਣ ਤਾਂ ਬਸ। ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕੀ ਬਣੇਗਾ? ਕਿਸ ਨਜ਼ਰ ਨਾਲ ਦੇਖਦੇ ਹੋ ਤੁਸੀਂ ਆਉਣ ਵਾਲੇ ਸਮੇਂ ਨੂੰ? ਆਉਣ ਵਾਲਾ ਸਮਾਂ ਮੇਰੇ ਹਿਸਾਬ ਨਾਲ ਤਾਂ ਜੀ ਕੋਈ ਵੀ ਜਿਹੜਾ ਸਮਾਂ ਹੈ ਕਦੀ ਇੱਕ ਜਗ੍ਹਾ ਰੁਕਿਆ ਨਹੀਂ, ਸਮਾਂ ਜਿਹੜਾ ਚੱਲਦਾ ਰਹਿੰਦਾ ਬਦਲਦਾ ਰਹਿੰਦਾ। ਆਉਣ ਵਾਲਾ ਸਮਾਂ ਜਿਹੜਾ ਮੇਰੇ ਹਿਸਾਬ ਨਾਲ ਇਸ ਚੀਜ਼ ਤੋਂ ਵੀ ਲੋਕ ਬੋਰ ਹੋ ਜਾਣਗੇ। ਕਿੰਨੀ ਕੁ ਦੇਰ ਲੋਕ ਆਪਣਾ ਅੰਦਰ ਹੀ ਬੈਠੇ ਰਹਿਣਾ, ਮੋਬਾਈਲ ਨਾਲ ਜੁੜੇ ਰਹਿਣਾ, ਹੌਲੀ ਹੌਲੀ ਜਿਵੇਂ ਹੁਣ ਅੱਜ ਤੁਸੀਂ ਵੀ ਘੁੰਮਣ ਆਏ ਹੋ, ਦੇਖ ਰਹੇ ਹੋ ਕਿੰਨੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਆਏ ਨੇ। ਆਉਣ ਵਾਲਾ ਸਮਾਂ ਜਿਹੜਾ ਹੌਲੀ ਹੌਲੀ ਬਦਲਾਵ ਜਿਹੜਾ ਸ੍ਰਿਸ਼ਟੀ ਦਾ ਨਿਯਮ ਹੈ, ਪ੍ਰਕਿਰਤੀ ਦਾ ਨਿਯਮ ਹੈ, ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਫਿਰ ਪਹਿਲਾਂ ਤਰ੍ਹਾਂ ਕੁਛ ਸਮਾਂ ਆ ਜਾਏਗਾ, ਪਹਿਲਾਂ ਤਰ੍ਹਾਂ ਲੋਕ ਰਲ ਕੇ ਬਹਿਣਗੇ, ਗੱਲਾਂ ਬਾਤਾਂ ਕਰਨਗੇ, ਬੋਰ ਹੋ ਜਾਣਗੇ ਇੱਕ ਦਿਨ ਲੋਕ ਮੋਬਾਈਲ ਵਾਲੀ ਦੁਨੀਆ ਤੋਂ ਵੀ। ਠੀਕ ਹੈ ਜੀ, ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਔਰ ਤੁਸੀਂ ਚੰਗੇ ਭਵਿੱਖ ਦੀ ਜਿਹੜੀ ਆਸ ਵੀ ਨਾਲ ਦੇ ਨਾਲ ਕੀਤੀ ਹੈ, ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੀ। ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਰਿਸ਼ਤਿਆਂ ਦਾ ਫਿੱਕਾਪਨ ਨਾਲ ਦੇ ਨਾਲ ਕਿ ਕਿਉਂ ਇਨਸਾਨ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਇੰਨਾ ਜੁੜ ਗਿਆ ਕਿ ਆਪਣੇ ਰਿਸ਼ਤਿਆਂ ਨੂੰ ਭੁੱਲਦਾ ਜਾ ਰਿਹਾ।